ਸੁਖਵਿੰਦਰ ਸਿੰਘ ਲੰਬੜਦਾਰ, ਪਿੰਡ ਫੱਤੂ ਢੀਂਗਾ, ਜ਼ਿਲ੍ਹਾ ਕਪੂਰਥਲਾ। ਸਰਕਾਰ ਦਾ ਬਹੁਤ ਧੰਨਵਾਦ ਕਰਦਾ ਜਿਹਨੇ ਮੈਨੂੰ ਬੜਾ ਮਾਣ ਤਾਂ ਦਿੱਤਾ ਅਤੇ ਮੈਨੂੰ ਲੰਬੜਦਾਰ ਦਾ। ਲੰਬੜਦਾਰਾਂ ਦਾ ਮਾਣ ਸਤਿਕਾਰ ਬਹੁਤ ਪਹਿਲਾਂ ਸਮਾਂ ਪੁਰਾਣੇ ਸਮੇਂ 'ਚ ਹੁੰਦਾ ਸੀ, ਅੱਜ ਉਹ ਚੀਜ਼ ਨਹੀਂ। ਸਰਕਾਰ ਨੂੰ ਜੀ ਲੰਬੜਦਾਰਾਂ ਵੱਲ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਲੰਬੜਦਾਰਾਂ ਦੀ ਹਰ ਮਹਿਕਮੇ 'ਚ ਮਾਣ ਸਤਿਕਾਰ ਅਤੇ ਪਛਾਣ ਹੋਣੀ ਚਾਹੀਦੀ ਹੈ ਵੀ ਇਹ ਲੰਬੜਦਾਰ ਹੈ। ਸਰਕਾਰੀ ਮਹਿਕਮੇ ਦੇ ਵਿੱਚ ਉਹਨਾਂ ਦੀ ਪੂਰੀ ਸੁਣਵਾਈ ਹੋਣੀ ਚਾਹੀਦੀ ਹੈ ਜੀ। ਲੰਬੜਦਾਰ ਬੇਦਾਗ ਹੋਣਾ ਚਾਹੀਦਾ, ਕੋਈ ਕਿਸੇ ਕਿਸਮ ਦਾ ਉੱਤੇ ਦਾਗ ਨਾ ਹੋਵੇ, ਕੋਈ ਪਰਚਾ ਨਾ ਹੋਵੇ, ਕੋਈ ਕ੍ਰਾਈਮ ਨਾ ਹੋਵੇ। ਲੰਬੜਦਾਰ ਇਹੋ ਜਿਹਾ ਹੋਣਾ ਚਾਹੀਦਾ ਜੀ, ਜੇ ਪਿੰਡ 'ਚ ਕਿਸੇ ਨਾਲ ਧੱਕਾ ਹੁੰਦਾ ਅਤੇ ਉਹਦੀ ਮਦਦ ਕਰਨ ਵਾਲਾ ਹੋਵੇ, ਧੱਕਾ ਨਾ ਹੋਵੇ ਜੀ ਉਸ ਦਿਨ। ਲੰਬੜਦਾਰ ਨੂੰ ਆਪਣੇ ਰਕਬੇ ਦੀ ਜਾਣਕਾਰੀ ਹੋਣੀ ਚਾਹੀਦੀ ਹੈ, ਬਾਕੀ ਜਿੰਨਾ ਪਿੰਡ ਦਾ ਰਕਬਾ ਉਹਦੀ ਜ਼ਮੀਨ ਦੀਆਂ ਕਿਸਮਾਂ ਦੀ ਜਾਣਕਾਰੀ ਹੋਣੀ ਚਾਹੀਦੀ। ਲੰਬੜਦਾਰ ਦਾ ਕੰਮ ਹੈ ਜੀ ਮਾੜੇ ਅਨਸਰ ਕੋਈ ਪਿੰਡ 'ਚ ਮਾੜੇ ਲੋਕ ਆਉਂਦੇ ਹੋਣ ਅਤੇ ਉਹਨਾਂ ਦੀ ਨਿਗਾਹ ਰੱਖਣੀ, ਉਹਦੀ ਸਲਾਹ ਸਰਕਾਰ ਨੂੰ ਦੇਣੀ। ਲੰਬੜਦਾਰ ਦੀ ਇਹ ਵੀ ਡਿਊਟੀ ਹੈ ਜੀ ਜੋ ਪਿੰਡ ਦੀ ਰਜਿਸਟਰੀ ਡਾਕੂਮੈਂਟ ਐਫੀਡੇਵਿਟ ਜੋ ਵੀ ਟੈਸਟ ਕਰਦਾ ਉਹ ਚੰਗਾ ਸਹੀ ਤਰ੍ਹਾਂ ਖੋਜ ਕਰਕੇ ਕਰਦਾ। ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਕਿਸੇ ਪਾਰਟੀਬਾਜ਼ੀ ਨਾਲ ਨਹੀਂ ਸੰਬੰਧ ਹੋਣਾ ਚਾਹੀਦਾ, ਅਨਰੋਲ ਹੋਣਾ ਚਾਹੀਦਾ। ਜ਼ਿਮੀਂਦਾਰ ਬਹੁਤ ਕਰਜ਼ਾਈ ਹੋ ਗਿਆ, ਬਹੁਤ ਇਹਦਾ ਪੱਧਰ ਥੱਲੇ ਚਲਾ ਗਿਆ। ਚਲਾ ਕਿਉਂ ਗਿਆ? ਕਿਉਂ ਸਰਕਾਰਾਂ ਦੀਆਂ ਜਿਹੜੀਆਂ ਮਾੜੇ ਕਾਨੂੰਨ ਮਾੜੀਆਂ ਨੀਤਾਂ ਬਣਾਉਣ ਦੇ ਨਾਲ ਕਿਸਾਨ ਜਿਹੜਾ ਸਭ ਥੱਲੇ ਚਲਾ ਗਿਆ ਅਤੇ ਜ਼ਿਮੀਂਦਾਰ ਦਾ ਬਹੁਤ ਮਾੜਾ ਹਾਲ ਹੈ। ਜ਼ਿਮੀਂਦਾਰ ਨੂੰ ਜੇ ਸਰਕਾਰ ਚੰਗੀ ਤਰ੍ਹਾਂ ਨੀਤੀਆਂ ਬਣਾਵੇ, ਭਾਅ ਦੇਵੇ, ਕੋਈ ਚੰਗੇ ਕਾਨੂੰਨ ਬਣਾਵੇ ਸਰਕਾਰ ਦੇ ਹੱਕ 'ਚ, ਫਿਰ ਜ਼ਿਮੀਂਦਾਰ ਖੁਸ਼ਹਾਲ ਹੋ ਸਕਦਾ, ਨਹੀਂ ਤਾਂ ਜ਼ਿਮੀਂਦਾਰ ਬਹੁਤ ਥੱਲੇ ਨੂੰ ਜਾ ਰਿਹਾ।